ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਕੇਂਦਰੀ ਰਾਜ ਮੰਤਰੀ ਨੂੰ ਸਲੋਗਨ ਨਹੀਂ ਲਿਖਣਾ ਹੈ। ਜੀ ਹਾਂ, ਸਲੋਗਨ ਸੀ ਬੇਟੀ ਬਚਾਓ ਬੇਟੀ ਪੜ੍ਹਾਓ, ਜੋ ਕਿ ਇਹਨਾਂ ਨੇ ਆਪਣੀ ਹੀ ਰਾਸ਼ਟਰ ਭਾਸ਼ਾ ਯਾਨੀ ਕਿ ਹਿੰਦੀ ਦੇ ਵਿੱਚ ਲਿਖਣਾ ਸੀ। ਜੀ ਹਾਂ, ਸਵਿਤਰੀ ਠਾਕੁਰ ਕੇਂਦਰੀ ਮੰਤਰੀ ਦਾ ਨਾਮ ਹੈ ਤੇ ਇਹਨਾਂ ਤੋਂ ਇਹ ਜਿਹੜਾ ਸਲੋਗਨ ਵੀ ਠੀਕ ਤਰੀਕੇ ਦਾ ਨਾਂ ਨਹੀਂ ਲਿਖਿਆ ਗਿਆ। ਤਾਂ ਸਲੋਗਨ ਦੀਆਂ ਲਾਈਨਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ, ਤਾਂ ਇਹਨਾਂ ਨੇ ਲਿਖਿਆ ਬੇੜੀ ਪੜਾਓ ਬਚਾਵ। ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਸਵਿਤਰੀ ਠਾਕੁਰ ਦੀ ਯੋਗਤਾ ਜਿਹੜੀ 12ਵੀਂ ਪਾਸ ਦੱਸੀ ਗਈ ਸੀ, ਜੀ ਹਾਂ, ਚੋਣਾਂ ਦੌਰਾਨ ਇਹਨਾਂ ਨੇ 12ਵੀਂ ਪਾਸ ਯੋਗਤਾ ਦਾ ਜ਼ਿਕਰ ਕੀਤਾ ਸੀ, ਪਰ ਇਹਨਾਂ ਨੇ ਸਲੋਗਨ ਲਿਖਿਆ ਬੇੜੀ ਪੜਾਓ ਬੱਚਾ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ ਕਿ ਕੇਂਦਰੀ ਰਾਜ ਮੰਤਰੀ ਨੂੰ ਹੁਣ ਰਾਸ਼ਟਰ ਭਾਸ਼ਾ ਦੇ ਵਿੱਚ ਸਲੋਗਨ ਵੀ ਨਹੀਂ ਲਿਖਣਾ ਆਉਂਦਾ। ਜੀ ਹਾਂ, ਦੱਸਦੇ ਕਿ ਉਹਨਾਂ ਦੇ ਹੀ ਪਾਰਟੀ ਨਾਲ ਜੁੜਿਆ ਹੋਇਆ ਸਲੋਗਨ ਹੈ ਤੇ ਸਕੂਲ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਇਹਨਾਂ ਸਕੂਲ ਦੇ ਵਿੱਚ ਦਰਅਸਲ ਕੋਈ ਸਮਾਗਮ ਸੀ ਤੇ ਮੁੱਖ ਮਹਿਮਾਨ ਵਜੋਂ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਸਲੋਗਨ ਲਿਖਿਆ ਜਾਣਾ ਸੀ। ਹਾਲਾਂਕਿ ਸਲੋਗਨ ਵੀ ਹਿੰਦੀ ਭਾਸ਼ਾ ਦੇ ਵਿੱਚ ਲਿਖਿਆ ਜਾਣਾ ਸੀ, ਇਹਨਾਂ ਨੇ ਉਹ ਵੀ ਸਹੀ ਤਰੀਕੇ ਦੇ ਨਾਲ ਨਹੀਂ ਲਿਖਿਆ। ਤਾਂ ਹੁਣ ਲੋਕਾਂ ਦੇ ਵੱਲੋਂ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਕੇਂਦਰੀ ਰਾਜ ਮੰਤਰੀ ਜਿਸ ਨੂੰ ਹਿੰਦੀ ਦੇ ਵਿੱਚ ਸਲੋਗਨ ਵੀ ਨਹੀਂ ਲਿਖਣਾ ਹੈ, ਤਾਂ ਬਿਲਕੁਲ ਇਹਨਾਂ ਦੀ ਯੋਗਤਾ ਤੇ ਵੀ ਸਵਾਲ ਉੱਠੇ ਨੇ ਕਿ ਇਹ ਕੇਂਦਰੀ ਰਾਜ ਮੰਤਰੀ ਤੋਂ ਸਹੀ ਤਰੀਕੇ ਦੇ ਨਾਲ ਸਲੋਗਨ ਹੈ ਜਿਹੜਾ ਨਹੀਂ ਲਿਖਿਆ ਗਿਆ। ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜੀ ਹਾਂ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ, ਦੰਗ ਰਹਿ ਗਏ ਨੇ।